ਫਰੀਦਕੋਟ ਸਿਟੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਨਾਕਾਬੰਦੀ ਦੇ ਦੌਰਾਨ ਇੱਕ ਕੈਂਟਰ ਨੂੰ ਉਹਨਾਂ ਨੇ ਜ਼ਬਤ ਕੀਤਾ ਹੈ, ਜਿਸ ਦੇ ਵਿੱਚੋਂ 570 ਪੇਟੀਆਂ ਅਵੈਧ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਮੌਕੇ ਤੇ ਕੈਂਟਰ ਨੂੰ ਚਲਾਉਣ ਵਾਲੇ ਵਿਕਰਮਜੀਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਇਸ ਕੈਂਟਰ ਦਾ ਜੋ ਅਸਲੀ ਚਾਲਕ ਜੈਦੀਪ ਸਿੰਘ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਦੱਸ ਦਈਏ ਕਿ ਪੁਲਿਸ ਨੇ ਇਸ ਕੈਂਟਰ ਦੇ ਵਿੱਚੋਂ 570 ਪੇਟੀ ਕ੍ਰੇਜ਼ੀ ਰੋਮੀਓ ਵਿਸਕੀ, ਜੋ ਕਿ ਪਟਿਆਲਾ ਡਿਸਪਲੀ ਉੱਤਰਾਖੰਡ ਵਿੱਚ ਸਪਲਾਈ ਕਰਨ ਦੇ ਲਈ ਬਣਾਈ ਜਾਂਦੀ ਹੈ, ਉਹ ਬਰਾਮਦ ਹੋਈ ਹੈ। ਫਰੀਦਕੋਟ ਦੇ ਵਿੱਚ ਅਵੈਧ ਰੂਪ ਦੇ ਨਾਲ ਵੇਚਣ ਦੇ ਲਈ ਇਸ ਨੂੰ ਲਿਆਂਦਾ ਗਿਆ ਸੀ। ਫਿਲਹਾਲ ਪੁਲਿਸ ਦੇ ਵੱਲੋਂ ਕੈਂਟਰ ਅਤੇ ਸ਼ਰਾਬ ਬਰਾਮਦ ਕਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਬੀਤੀ ਰਾਤ ਥਾਣਾ ਸਿਟੀ ਫਰੀਦਕੋਟ ਦੇ ਵੱਲੋਂ ਨਜਾਇਜ਼ ਸ਼ਰਾਬ ਦੀਆਂ 570 ਪੇਟੀਆਂ, ਜੋ ਕ੍ਰੇਜ਼ੀ ਰੋਮੀਓ ਵਿਸਕੀ ਦੀਆਂ ਹਨ, ਇੱਕ ਕੈਂਟਰ ਨੰਬਰ PB 31J 89 ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 145 ਮਿਤੀ 2/7/19 ਅੰਡਰ ਸੈਕਸ਼ਨ 61(14) ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਹੈ, ਜਿਹਦੇ ਵਿੱਚ ਦੋਸ਼ੀ ਵਿਕਰਮਜੀਤ ਸਿੰਘ ਵਾਸੀ ਪੱਖੋਪੁਰ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ 3 ਦੋਸ਼ੀ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਹਨ। ਇਹਦੇ ਵਿੱਚ PSG ਗੁਰਧਿਆਨ ਸਿੰਘ ਅਤੇ ASI ਜਗਸ਼ੀਰ ਸਿੰਘ ਦੀ ਅਹਿਮ ਭੂਮਿਕਾ ਹੈ। ਨਹੀਂ, ਅਜੇ ਤੱਕ ਕੋਈ ਐਕਸਾਈਜ਼ ਮੁਲਾਜ਼ਮਾਂ ਦਾ ਤਾਂ ਕੋਈ ਇਨਫਰਮੇਸ਼ਨ ਬਾਰੇ ਨਹੀਂ। ਕੋਈ ਇਹ ਸ਼ਰਾਬ ਪਟਿਆਲਾ ਡਿਸਟਿਲਰੀ ਦੀ ਬਣੀ ਸੀ ਅਤੇ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜੀ ਸਪਲਾਈ ਕਰਨ ਵਾਸਤੇ ਲਿਆਂਦੀ ਗਈ ਸੀ। ਇਹ ਨਜਾਇਜ਼ ਤੌਰ ਦੇ ਉੱਤੇ ਜਿਹੜੀ ਸ਼ਰਾਬ ਆ, ਐਕਚੁਲੀ ਕ੍ਰੇਜ਼ੀ ਰੋਮੀਓ ਵਿਸਕੀ, ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੀ ਵਿਕ ਸਕਦੀ ਹੈ, ਲੇਕਿਨ ਇਹ ਉੱਥੋਂ ਫੈਕਟਰੀ ਤੋਂ, ਪਟਿਆਲੇ ਫੈਕਟਰੀ ਤੋਂ ਲਿਆ ਕੇ ਫਰੀਦਕੋਟ ਦੇ ਵਿੱਚ ਵੇਚੀ ਜਾ ਰਹੀ ਸੀ। ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।